ਆਰਮੀ ਏਰੀਆ ਦੇ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਵੇਖਣ ਨੂੰ ਮਿਲਿਆ। ਦਰਅਸਲ ਇਹ ਅੱਗ ਆਰਮੀ ਏਰੀਆ ਦੇ ਵਿੱਚ ਇੱਕ ਲੱਕੜਾਂ ਵਾਲੇ ਗੋਦਾਮ ਨੂੰ ਲੱਗੀ, ਜਿੱਥੋਂ ਅੱਗ ਦੇ ਭਾਂਬੜ ਉੱਠਦੇ ਨਜ਼ਰ ਆਏ ਤੇ ਜਿਵੇਂ ਹੀ ਲੋਕਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਲੋਕਾਂ ਨੇ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ 40 ਤੋਂ ਲੈ ਕੇ 50 ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ। ਇਹ ਹਾਦਸਾ ਜਲੰਧਰ ਕੈਂਟ ਤੋਂ ਸਾਹਮਣੇ ਆਏ, ਜਿੱਥੇ ਤੋਪਖਾਨਾ ਦੇ ਕੋਲ ਲੱਕੜਖਾਨੇ ਦੇ ਵਿੱਚ ਇਹ ਭਿਆਨਕ ਅੱਗ ਲੱਗੀ ਹੈ। ਅੱਗ ਇੰਨੀ ਭਿਆਨਕ ਸੀ ਕਿ ਕੈਂਟ ਏਰੀਏ ਦੇ ਵਿੱਚ ਹੜਕੰਪ ਮਚ ਗਿਆ। ਘਟਨਾ ਦੀ ਸੂਚਨਾ ਸਥਾਨਕ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਦਿੱਤੀ, ਜਿਸ ਦੇ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਅੱਗ ਤੇ ਕਾਬੂ ਪਾਉਣ ਲਈ ਮੌਕੇ ਤੇ ਪਹੁੰਚੀਆਂ। ਫਿਲਹਾਲ ਇਸ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਅੱਗ ਦੀਆਂ ਲਪਟਾਂ ਕਿਵੇਂ ਦੂਰ ਦੂਰ ਤੱਕ ਦਿਖਾਈ ਦੇ ਰਹੀਆਂ ਨੇ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਦੱਸਿਆ ਜਾ ਰਿਹਾ ਹੈ ਕਿ ਅੱਗ ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 40 ਤੋਂ ਲੈ ਕੇ 50 ਤੱਕ ਗੱਡੀਆਂ ਮੌਕੇ ਤੇ ਪਹੁੰਚੀਆਂ ਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਸਵੇਰ ਤੱਕ ਅੱਗ ਨਹੀਂ ਬੁਝੀ। ਹਾਲਾਂਕਿ ਲੋਕਾਂ ਦੇ ਵਿੱਚ ਇਸ ਹਾਦਸੇ ਤੋਂ ਬਾਅਦ ਡਰ ਦਾ ਮਾਹੌਲ ਵੇਖਣ ਨੂੰ ਮਿਲਿਆ। ਇਹ ਹਾਦਸਾ ਜਲੰਧਰ ਕੈਂਟ ਤੋਂ ਸਾਹਮਣੇ ਆਇਆ, ਜਿੱਥੇ ਆਰਮੀ ਏਰੀਆ ਦੇ ਵਿੱਚ ਇਸ ਲੱਕੜ ਵਾਲੇ ਗੋਦਾਮ ਨੂੰ ਭਿਆਨਕ ਅੱਗ ਲੱਗੀ ਹੈ। ਸਾਨੂੰ 1:30 ਵਜੇ ਕੰਟਰੋਲ ਰੂਮ ਦੇ ਵਿੱਚ ਕਾਲ ਆਈ ਹੈ ਕਿ ਆਰਮੀ ਦੇ ਗਡਾਊਨ ਦੇ ਉੱਤੇ ਲੱਕੜਾਂ ਦੇ ਗਡਾਊਨ ਦੇ ਵਿੱਚ ਅੱਗ ਲੱਗੀ ਹੈ। ਉਸੇ ਵੇਲੇ ਤੁਰੰਤ ਅਸੀਂ ਗੱਡੀਆਂ ਟਰਨ ਆਊਟ ਕਰਕੇ ਤੇ ਅੱਗ ਤੇ ਕੰਟਰੋਲ ਪਾਉਣਾ ਸ਼ੁਰੂ ਕਰ ਦਿੱਤਾ। ਅੱਗ ਦਾ ਕਾਰਨ ਪਤਾ ਲੱਗਿਆ? ਅੱਗ ਦਾ ਕਾਰਨ ਹਾਲ ਫਿਲਹਾਲ ਪਤਾ ਲੱਗ ਨਹੀਂ ਸਕਿਆ ਸਾਨੂੰ ਜੀ। ਉਸ ਗਡਾਊਨ ਦੇ ਵਿੱਚ ਕੀ ਕੀ ਸਮਾਨ ਸੀ? ਉਸ ਗਡਾਊਨ ਦੇ ਵਿੱਚ ਲੱਕੜ ਦੀ ਸਟੋਰੇਜ ਸੀਗੀ ਇਹਨਾਂ ਦੀ ਆਰਮੀ ਦੇ ਜੀ, ਤੇ ਉਹਨੂੰ ਅੱਗ ਲੱਗੀ ਹੋਈ ਸੀ। ਜਾਨੀ ਨੁਕਸਾਨ ਤੇ ਨਹੀਂ? ਜਾਨੀ ਨੁਕਸਾਨ ਕੋਈ ਨਹੀਂ ਹੋਇਆ। ਇਸ ਬਾਰੇ ਅਫਸਰਾਂ ਨਾਲ ਕੋਈ ਗੱਲਬਾਤ ਹੋਈ ਹੈ ਤੁਹਾਡੀ? ਉਹਨਾਂ ਦੇ ਆਰਮੀ ਦੇ ਅਫਸਰ ਨਾਈਟ ਨਾਲ ਸਾਡੇ ਖੜੇ ਰਹੇ ਉੱਥੇ, ਅੱਗ ਤੇ ਕੰਟਰੋਲ ਵੀ ਜਦੋਂ ਪਾਉਂਦੇ ਰਹੇ ਉਦੋਂ ਵੀ ਨਾਲ ਉਹਨਾਂ ਰਾਬਤਾ ਹੁੰਦਾ ਰਿਹਾ। ਕੋਈ ਕਾਰਨ ਨਹੀਂ ਪਤਾ ਲੱਗਿਆ? ਕਾਰਨ ਹਾਲ ਫਿਲਹਾਲ ਹਾਲੇ ਨਹੀਂ। ਕਿੰਨੀਆਂ ਗੱਡੀਆਂ ਲੱਗ ਚੁੱਕੀਆਂ? 40 ਤੋਂ 50 ਦੇ ਵਿੱਚ ਗੱਡੀਆਂ ਲੱਗ ਗਈਆਂ। ਅੱਗ ਨੂੰ ਕਾਬੂ ਪਾ ਲਿਆ? ਅੱਗ ਨੂੰ ਕਾਬੂ ਪਾ ਲਿਆ ਗਿਆ।